Go!
ਸਾਰਾ ਬੰਦਾ ਰੋਜ਼ ਯਾਰ ਤੈਨੂੰ ਮਿਲਦੀ ਆ ਤੇ ਕੋਲ ਦੀ ਲੰਘ ਜਾਂਦਾ ਤੇ ਤੂੰ ਗੱਲ ਹੀ ਨਹੀਂ ਕਰਦਾ ਮੈਂ ਤੇਰਾ ਹੌਸਲਾ ਜਿਹਾ ਕੀਤਾ ਮੈਂ ਕਿਹਾ ਜੀ ਮੈਨੂੰ ਤੂੰ ਮੈਂ ਕਿਹਾ ਜੀ ਕੀ ਮੈਂ ਕਿਹਾ ਜੀ ਮੈਂ ਤੁਹਾਡੇ ਨਾਲ ਗੱਲ ਕਰਨੀ ਆ ਤੇ ਮੈਨੂੰ ਦੀ ਕਰੋ ਵੀ ਮੈਂ ਕਿਹਾ ਹਾਂਜੀ ਮੈਨੂੰ ਦੀ ਕਰੋ ਗੱਲ ਨਹੀਂ ਕਰਨੀ ਆ ਤੇ ਮੈਂ ਕਿਹਾ ਜੀ ਮੈਂ ਤੁਹਾਡੇ ਨਾਲ ਫਰੈਂਡਸ਼ਿਪ ਕਰਨੀ ਚਾਹੁੰਦਾ ਤੇ ਮੈਨੂੰ ਦੀ ਅੱਛਾ ਮੈਂ ਕਿਹਾ ਹਾਂਜੀ ਮੈਨੂੰ ਦੀ ਫਿਰ ਤੁਸੀਂ ਆਹ ਕਰੋ ਤੁਸੀਂ ਇੱਥੇ ਬੱਸ ਸਟੈਂਡ ਜਾਓ ਮੈਂ ਕਿਹਾ ਫੇਰ ਮੈਨੂੰ ਦੀ ਤੁਸੀਂ ਪਹਿਲਾ ਕਾਊਂਟਰ ਛੱਡੋ ਦੂਜਾ ਛੱਡ ਦਿਓ ਤੀਜਾ ਛੱਡ ਦਿਓ ਚੌਥੇ ਕਾਊਂਟਰ ਤੇ ਜਾ ਵੜੋ ਮੈਂ ਕਿਹਾ ਫੇਰ ਮੈਨੂੰ ਦੀ ਜਿਹੜੀ ਤੇ ਬੱਸ ਆਉਗੀ ਨਾ ਤੁਸੀਂ ਉਹ ਤੇ ਬਹਿ ਜਾਓ ਤੇ ਮੈਂ ਕਿਹਾ ਫੇਰ ਮੈਨੂੰ ਤੁਸੀਂ ਬੱਸ ਤੇ ਚੜ ਕੇ ਪਹਿਲਾ ਪਿੰਡ ਛੱਡਿਓ ਦੂਜਾ ਛੱਡਿਓ ਤੀਜਾ ਛੱਡਿਓ ਤੀਜੇ ਤੇ ਉਤਰ ਜਾਓ ਮੈਂ ਕਿਹਾ ਵੀਲੇ ਬਣ ਗਈ ਗੱਲ ਐਡਰੈਸ ਦੇਣ ਲੱਗੇ ਹੁਣ ਤਾਂ ਜਮਾਂ ਮੈਂ ਕਿਹਾ ਫੇਰ ਮੈਨੂੰ ਜੇ ਤੁਸੀਂ ਉਤਰੋ ਉਤਰੋਗੇ ਉੱਥੇ ਪਹਿਲੀ ਗਲੀ ਛੱਡ ਦਿਓ ਦੂਜੀ ਛੱਡ ਦਿਓ ਤੀਜੀ ਛੱਡ ਦਿਓ ਚੌਥੀ ਗਲੀ ਚ ਵੜ ਜਾਓ ਮੈਂ ਕਿਹਾ ਵੀ ਹੁਣ ਤਾਂ ਜਮਾਂ ਹੀ ਕੋਲੇ ਆ ਗਏ ਮੈਂ ਕਿਹਾ ਫੇਰ ਮੈਨੂੰ ਤੁਸੀਂ ਪਹਿਲਾ ਘਰ ਛੱਡ ਦਿਓ ਦੂਜਾ ਛੱਡ ਦਿਓ ਤੀਜਾ ਛੱਡ ਦਿਓ ਚੌਥੇ ਜਾ ਵੜਿਓ ਮੈਂ ਕਿਹਾ ਅੱਗੇ ਮੈਨੂੰ ਦੀ ਉਸ ਘਰੇ ਇੱਕ ਚਾਰ ਕਮਰੇ ਹੋਣਗੇ ਮੈਂ ਕਿਹਾ ਫੇਰ ਮੈਨੂੰ ਦੀ ਪਹਿਲਾ ਛੱਡ ਦਿਓ ਦੂਜਾ ਛੱਡ ਦਿਓ ਤੀਜਾ ਚੌਥੇ ਕਮਰੇ ਚ ਵੜ ਜਾਓ ਮੈਂ ਕਿਹਾ ਵੀ ਹੁਣ ਤਾਂ ਬਸ ਇੱਥੇ ਕਮਰੇ ਰਹਿ ਪਈ ਮੈਂ ਕਿਹਾ ਅੱਗੇ ਮੈਨੂੰ ਦੀ ਉਸ ਕਮਰੇ ਦੇਖਿਓ ਚਾਰ ਬਾਰੀਆਂ ਮੈਨੂੰ ਦੀ ਪਹਿਲੀ ਛੱਡ ਦਿਓ ਦੂਜੀ ਛੱਡ ਦਿਓ ਤੀਜੀ ਛੱਡ ਦਿਓ ਚੌਥੀ ਵਾਰੀ ਖੋਲਿਓ ਮੈਂ ਕਿਹਾ ਫੇਰ ਆਦੀ ਉਹ ਚ ਕਿਤਾਬ ਪਈ ਆ ਤੇ ਮੈਂ ਕਿਹਾ ਫੇਰ ਆਦੀ ਉਹਦੇ ਵਿੱਚ ਇੱਕ ਨਾ ਫੋਟੋ ਆ ਮੈਂ ਕਿਹਦੀ ਮੈਂ ਕਿਹਾ ਹੋਊਗੀ ਇਹਦੀ ਵੀ ਕਹਿੰਦੀ ਉਹ ਲੈਣੀ ਮੈਂ ਕਿਹਦੀ ਫੋਟੋ ਆਦੀ ਉਹ ਚ ਬਾਬੇ ਰੋਡੂ ਸ਼ਾਹ ਦੀ ਫੋਟੋ ਆ ਮੈਂ ਕਿਹਾ ਫੇਰ ਮੈਨੂੰ ਤੇ ਮੈਂ ਤਾਂ ਉਹਦੀ ਸੋਹ ਲੱਗੇ ਮੇਰੇ ਤਾਂ ਪਹਿਲੇ ਕਿਸੇ ਨਾਲ ਗੱਲ ਆ ਕੰਡਿਆਂ ਤੋਂ ਪੈੜ ਜ਼ਖਮ ਚੰਨਾ ਸਮਝ ਲਊਗਾ।